ਚਵਲੋ ਪਰਦਾ ਚੁੱਕ ਕੇ ਗਈ ਆ ਰਹੇ ਸ਼ੋਕੇ 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 ਨੇ ਤੇਰੀ ਭੈਣ ਕੱਢੀ ਹੈ ਉਹ ਕਿੰਨੀਆਂ ਕੁ ਬਿੱਲੀਆਂ ਦਾ ਸਿਰ ਲੈ ਆਈ ਕਿਹੜਾ ਫੈਸ਼ਨ ਸਾਰੀਆਂ ਉਹਨਾਂ ਦੀਆਂ ਦੁੰਜੀਆਂ ਨੰਗੀਆਂ ਕਰ ਰਹੀ ਹੈ ਤੂੰ ਇੱਥੋਂ ਹੀ ਅੰਦਾਜ਼ਾ ਲਾ ਦੇ ਕਿ ਮੈਂ ਕਿਵੇਂ ਨੰਗਾ ਕਰਨੀ ਆ ਆਏ ਹਾਏ ਇਹ ਲੋਰੀਏ ਨੇ ਤੂੰ ਕੀ ਜੀ ਕਿਤੇ ਬਾਹਰ ਦੀ ਸਾਈਡਾਂ ਦੇ ਇਹ ਤਾਂ ਚੌਲਾਂ ਦੀ ਪਲੇਟ ਖਵਾ ਕੇ 6 ਮਹੀਨੇ ਜਾਨ ਨਹੀਂ ਛੱਡਦੇ ਸਿੱਧੀ ਉਹ ਕੀ ਕਰ ਰਹੀ ਮੈਂ ਦੱਸ ਨੇ ਤੈਨੂੰ ਸ਼ੋਕੇ ਦਾ ਸ਼ੋਕੇ ਦਾ ਦੱਸ ਦੇ ਪੰਜ ਗੱਲ ਸੁਣ ਬਜ਼ੁਰਗ ਅੱਲਾ ਦੀ ਕਸਮ ਰੱਜਦੀ ਨਹੀਂ ਓਏ ਕਿਤੇ ਓਏ ਉਸਨੇ ਕਹੀ ਤੋ ਛੋਕਰਾ ਹੀ ਨਹੀਂ ਉਹ ਜਿਸ ਕੀ ਮੁਝੇ ਫੋਟੋ ਦਿਖਾਈ ਥੀ ਅੱਛਾ ਬਾਪ ਰਾਤ ਵਾਪਸ ਚਲੀ ਗਈ ਸਾਰੇ ਰੋਣੇ ਲੱਗੇ ਓਏ ਓਏ ਅੱਬਾ ਜੀ ਮੁਝੇ ਤਰਸ ਆਇਆ ਮੈਂ ਕਿਹਾ ਮੈਂ ਹੀ ਸਾਦੀ ਖੜਕਾ ਲਿੱਤਾ ਐਸੀ ਪਿਆਰੀ ਬੱਚੀ ਲੈ ਕੇ ਆਇਆ ਅੱਬਾ ਜੀ ਯਕੀਨ ਕਰੋ ਅੰਮੀ ਤੋਂ ਕੁਛ ਵੀ ਨਹੀਂ ਥੀ ਹੈ ਇੱਕ ਮਿੰਟ ਸਭ ਤੋਂ ਪਹਿਲੇ ਮੇਰੀ ਗੱਲ ਸੁਣ ਫੌਰਨ ਬੇਟੇ ਆਪਣੀ ਕਟਿੰਗ ਚੇਂਜ ਕਰਾ ਲੈ ਇਹੋ ਜਿਹੇ ਸਿਰ ਨਾ ਹਿਲਾਉਣ ਡੇ ਫਿਰ ਜੋ ਡਰਾਮੇ ਤੋਂ ਬਾਹਰ ਨਿਕਲ ਕੇ ਕਹਿਣਗੇ ਮੁਝੇ ਕਿਉਂ ਨਿਕਾਲਾ ਮੇਰੇ ਭਰਾ ਦੀ ਇੱਜ਼ਤ ਕਰਿਆ ਕਰ ਤੂੰ ਮੇਰੇ ਭਰਾ ਦੀ ਇੱਜ਼ਤ ਨਹੀਂ ਕਰਦੀ ਤੂੰ ਬੰਦਾ ਤੇਰਾ ਦੇਵਰ ਜੀ ਮੇਰਾ ਤੁਹਾਡਾ ਕੋਈ ਰਿਸ਼ਤਾ ਨਹੀਂ ਸਾਡੀ ਮਾਵਾਂ ਬਜਾ ਹੈ ਮਾਵਾਂ ਅਸੀਂ ਤੇਰਾ ਦੁੱਧ ਨਹੀਂ ਪੀਤਾ ਵੇਖਿਆ ਬਹੁਤ ਹੀ ਮੇਰੀ ਜਨਮ ਮੈਂ ਖੁਦ ਹੀ ਸਾਫ਼ ਕਰ ਲੂੰਗੀ ਇਹ ਬਹੁਤ ਅੱਛੀ ਬਾਤ ਹੈ